ਹੈਲੋ ਫਰੈਂਡਸ ਵੈਲਕਮ ਟੂ ਆਰ YouTube ਚੈਨਲ ਇੰਗਲਿਸ਼ ਫੈਮਿਲੀ 87 ਸੋ ਆਪਣਾ ਜਿਹੜਾ ਪਲੇ ਹੈ ਆਰਮਜ਼ ਐਂਡ ਦਾ ਮੈਨ ਉਹ ਆਪਣਾ ਚੱਲ ਰਿਹਾ ਸੀ ਇਸ ਦੀ ਆਪਾਂ ਸਮਰੀ ਹੈ ਜਿਹੜੀ ਉਹ ਪੰਜਾਬੀ ਦੇ ਵਿੱਚ ਤੁਹਾਨੂੰ ਕਰਵਾ ਚੁੱਕੀਆਂ ਪਲੇਲਿਸਟ ਦੇ ਵਿੱਚ ਦੇਖ ਸਕਦੇ ਹੋ ਔਰ ਉਸ ਤੋਂ ਅੱਗੇ ਆਪਾਂ ਇਸ ਦੇ ਲੌਂਗ ਕੁਐਸਚਨ ਨੇ ਜਿਹੜੇ ਉਹ ਕਰ ਰਹੇ ਸੀ ਕੈਰੈਕਟਰ ਸਕੈਚ ਸੋ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕੈਰੈਕਟਰ ਸਕੈਚ ਆਫ ਲੋਕਾ ਸੋ ਲੋਕਾ ਦਾ ਕਰੈਕਟਰ ਸਕੈਚ ਜਿਹੜਾ ਉਹ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਇਸ ਨੂੰ ਲੋਕਾ ਲੋਕਾ ਬੋਲਣਾ ਤੁਸੀਂ ਨੇ ਲੋਕਾ ਨਹੀਂ ਬੋਲਣਾ ਕਈ ਮਤਲਬ ਸਟੂਡੈਂਟਸ ਥੋੜਾ ਗਲਤ ਬੋਲ ਜਾਂਦੇ ਨੇ ਹੋ ਸਕਦਾ ਮੈਥੋਂ ਵੀ ਪ੍ਰੋਨਾਂਊਂਸ ਕੀਤਾ ਜਾਵੇ ਕਈ ਵਾਰ ਲੋਕਾ ਤਾਂ ਲੋਕਾ ਨਹੀਂ ਲੋਕਾ ਥੋੜਾ ਜਾ ਮਤਲਬ ਇਸ ਨੂੰ ਗੋਲ ਜਾ ਕਰਕੇ ਬੋਲਣਾ ਲੋਕਾ ਸੋ ਦੇਖੋ ਸ਼ੁਰੂ ਕਰਦੇ ਹਾਂ ਲੋਕਾ ਇਜ਼ ਅ ਫੀਮੇਲ ਸਰਵੈਂਟ ਆਫ ਪੈਟਕੋਫਸ ਪੈਟਕੋਫਸ ਮਤਲਬ ਕਿ ਜਿਹੜੀ ਪੈਟਕੋਫ ਫੈਮਿਲੀ ਆ ਜਿਸ ਦੇ ਵਿੱਚ ਰੈਨਾ ਪੈਟਕੋਫ ਕੈਥਰੀਨ ਪੈਟਕੋਫ ਅਤੇ ਮੇਜਰ ਪੌਲ ਪੈਟਕੋਫ ਨੇ ਜਿਹੜੇ ਰਹਿੰਦੇ ਨੇ ਤਾਂ ਉਹਨਾਂ ਦੀ ਇਹ ਫੀਮੇਲ ਸਰਵੈਂਟ ਹੈ ਨੌਕਰਾਨੀ ਹੈ ਲੋਕਾ ਸ਼ੀ ਇਜ਼ ਬਿਊਟੀਫੁਲ ਐਂਡ ਯੰਗ ਉਹ ਬਹੁਤ ਜ਼ਿਆਦਾ ਸੁੰਦਰ ਹੈ ਅਤੇ ਯੰਗ ਹੈ ਸ਼ੀ ਇਜ਼ ਰੂਡ ਟੂ ਰੈਨਾ ਹਾਲਾਕੀ ਦੇਖੋ ਰੈਨਾ ਉਸਦੀ ਮਾਲਕਨ ਹੈ ਉਹਨਾਂ ਦੇ ਘਰ ਇਹ ਨੌਕਰ ਹੈ ਪਰ ਫਿਰ ਵੀ ਇਹ ਰੈਨਾ ਦੇ ਨਾਲ ਥੋੜਾ ਜਿਹਾ ਰੂਡ ਰੁੱਖਾ ਜਿਹਾ ਬਿਹੇਵ ਕਰਦੀ ਹੈ ਸ਼ੀ ਇਜ਼ ਆਲਸੋ ਰੂਡ ਟੂ ਕੈਥਰੀਨ ਕੈਥਰੀਨ ਰੈਨਾ ਦੀ ਜਿਹੜੀ ਮਾਤਾ ਹੈ ਕੈਥਰੀਨ ਦੇ ਨਾਲ ਵੀ ਥੋੜਾ ਜਿਹਾ ਰੁੱਖਾ ਬਿਹੇਵ ਕਰਦੀ ਹੈ ਬਟ ਅ ਲिटल ਅਫਰੇਡ ਆਫ ਹਰ ਪਰ ਉਸ ਤੋਂ ਥੋੜਾ ਜਿਹਾ ਇਹ ਡਰਦੀ ਵੀ ਹੈ she has great physical charm ਉਸ ਦੀ ਫਿਜ਼ੀਕਲ ਚਾਰਮ ਮਤਲਬ ਕਿ ਫਿਜ਼ੀਕਲੀ ਉਹ ਬਹੁਤ ਹੀ ਜ਼ਿਆਦਾ ਫਿੱਟ ਹੈ she has been engaged to nicola ਉਹ ਨਿਕੋਲਾ ਦੇ ਨਾਲ ਅੰਗੇਜਡ ਹੈ ਮਤਲਬ ਕਿ ਉਸ ਦੀ ਅੰਗੇਜਮੈਂਟ ਹੈ ਜਿਹੜੀ ਹੋਈ ਹੋਈ ਹੈ ਨਿਕੋਲਾ ਦੇ ਨਾਲ ਹੁਣ ਨਿਕੋਲਾ ਕੌਣ ਹੈ ਦਾ ਮੇਲ ਸਰਵੈਂਟ ਆਫ ਪੈਟਕੋਫਸ ਇਹ ਪੈਟਕੋਫ ਫੈਮਿਲੀ ਦਾ ਇਹ ਵੀ ਨੌਕਰ ਹੈ ਮੇਲ ਸਰਵੈਂਟ ਹੈ ਇਹ ਹੀ ਆਫਨ ਐਡਵਾਈਜ਼ਸ ਲੋਕਾ ਹੀ ਮਤਲਬ ਕਿ ਇੱਥੇ ਪੈਟ ਉਹਦੀ ਆਪਣੀ ਜਿਹੜਾ ਨੌਕਰ ਹੈ ਨਿਕੋਲਾ ਦੀ ਗੱਲ ਹੋ ਰਹੀ ਹੈ ਨਿਕੋਲਾ ਜਿਹੜਾ ਉਹ ਅਕਸਰ ਉਸ ਨੂੰ ਐਡਵਾਈਸ ਦਿੰਦਾ ਲੋਕਾਂ ਨੂੰ ਅਕਸਰ ਐਡਵਾਈਸ ਦਿੰਦਾ ਕੀ ਐਡਵਾਈਸ ਦਿੰਦਾ ਥੈਟ ਇਫ ਸ਼ੀ ਡਸਨਟ ਚੇਂਜ ਹਰ ਵੇਜ਼ ਕਹਿੰਦਾ ਜੇਕਰ ਉਸਨੇ ਆਪਣੇ ਤੌਰ ਤਰੀਕੇ ਨਾ ਬਦਲੇ ਰਹਿਣ ਦੇ ਬੋਲਣ ਦੇ ਸ਼ੀ ਵਿਲ ਲੂਜ਼ ਹਰ ਜੋਬ ਤਾਂ ਹੋ ਸਕਦਾ ਹੈ ਉਹ ਆਪਣੀ ਜੋਬ ਹੈ ਜਿਹੜੀ ਉਹ ਖੋ ਬੈਠੇ ਕਿਉਂਕਿ ਮਾਲਕਾਂ ਦੇ ਨਾਲ ਰੁੱਖਾ ਬਿਹੇਵ ਕਰਦੀ ਹੈ ਤਾਂ ਉਸ ਨੂੰ ਨੌਕਰੀ ਤੋਂ ਕੱਢ ਸਕਦੇ ਨੇ ਬਟ ਸ਼ੀ ਡਸਨਟ ਕੇਅਰ ਪਰ ਉਸ ਨੂੰ ਇਸ ਚੀਜ਼ ਦੀ ਕੋਈ ਪਰਵਾਹ ਨਹੀਂ ਹੁੰਦੀ ਲੋਕਾਂ ਨੂੰ ਲੌਕਾ ਇਜ਼ ਵੈਰੀ ਅੰਬੀਸ਼ੀਅਸ ਅੰਬੀਸ਼ੀਅਸ ਹੁੰਦਾ ਜੋ ਬਹੁਤ ਜ਼ਿਆਦਾ ਇੱਛਾਵਾਂ ਰੱਖਦਾ ਹੋਵੇ ਸ਼ੀ ਵਾਂਟਸ ਟੂ ਮੈਰੀ ਅ ਰਿਚ ਮੈਨ ਉਹ ਇੱਕ ਅਮੀਰ ਲੜਕੇ ਦੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ ਲੌਕਾ ਉਸ ਦੀਆਂ ਇੱਛਾਵਾਂ ਬਹੁਤ ਉੱਚੀਆਂ ਨੇ ਸ਼ੀ ਇਗਨੋਰਸ ਨਿਕੋਲਾਜ਼ ਐਡਵਾਈਸ ਉਹ ਨਿਕੋਲਾ ਦੀ ਜਿਹੜੀ ਐਡਵਾਈਸ ਹੈ ਉਸ ਨੂੰ ਨਿਕੋਲਾ ਐਡਵਾਈਸ ਦਿੰਦਾ ਹੈ ਰਿਗਾਰਡਿੰਗ ਹਰ ਮੈਨਰਜ਼ ਆਪਣੇ ਤੌਰ ਤਰੀਕਿਆਂ ਦੇ ਸੰਬੰਧ ਦੇ ਵਿੱਚ ਕਿ ਤੂੰ ਸਹੀ ਤੌਰ ਤਰੀਕੇ ਰੱਖ ਤਾਂ ਉਹ ਇਗਨੋਰ ਕਰ ਦਿੰਦੀ ਹੈ ਉਸ ਨੂੰ ਨਿਕੋਲਾ ਵਾਂਟਸ ਟੂ ਮੈਰੀ ਹਰ ਜਿਹੜਾ ਨਿਕੋਲਾ ਹੈ ਉਹ ਉਸ ਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ ਕਿਉਂਕਿ ਉਹਨਾਂ ਦੀ ਐਂਗੇਜਮੈਂਟ ਹੋਈ ਹੋਈ ਹੈ ਬਟ ਸ਼ੀ ਰਿਫਿਊਜ਼ਸ ਹਰ ਮੈਰਿਜ ਪ੍ਰਪੋਜ਼ਲ ਪਰ ਉਹ ਨਿਕੋਲਾ ਦਾ ਮੈਰਿਜ ਪ੍ਰਪੋਜ਼ਲ ਹੈ ਜਿਹੜਾ ਉਸ ਨੂੰ ਰਿਫਿਊਜ਼ ਕਰ ਦਿੰਦੀ ਹੈ ਵੀ ਮੈਂ ਤੇਰੇ ਨਾਲ ਵਿਆਹ ਨਹੀਂ ਕਰਵਾਉਣਾ ਇੱਕ ਨੌਕਰ ਦੇ ਨਾਲ ਸ਼ੀ ਟੈਲਸ ਨਿਕੋਲਾ ਥੈਟ ਉਹ ਨਿਕੋਲਾ ਨੂੰ ਕਹਿੰਦੀ ਹੈ ਥੈਟ ਹੀ ਇਜ਼ ਅ ਬੌਰਨ ਸਰਵੈਂਟ ਕਹਿੰਦੀ ਤੂੰ ਤਾਂ ਇੱਕ ਪੈਦਾਇਸ਼ੀ ਨੌਕਰ ਹੈ ਬੌਰਨ ਸਰਵੈਂਟ ਮਤਲਬ ਕਿ ਕਿ ਤੂੰ ਤਾਂ ਨੌਕਰ ਦਾ ਨੌਕਰ ਹੀ ਰਹੇਗਾ ਬਟ ਸ਼ੀ ਵਾਂਟਸ ਟੂ ਬੀ ਰਿਚ ਪਰ ਉਹ ਕਹਿੰਦੀ ਅਮੀਰ ਹੋਣਾ ਚਾਹੁੰਦੀ ਆ ਮੈਂ ਕਹਿੰਦੀ ਅਮੀਰ ਹੋਣਾ ਚਾਹੁੰਦੀ ਆ ਮੈਂ ਨੌਕਰ ਬਣ ਕੇ ਨਹੀਂ ਰਹਿਣਾ ਚਾਹੁੰਦੀ ਤੇ ਨੌਕਰ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਹਰ ਡਿਜ਼ਾਇਰਸ ਹੈਜ਼ ਮੇਡ ਹਰ ਰੂਡ ਐਂਡ ਡਿਸਰੈਸਪੈਕਟਫੁਲ ਜਿਹੜੀਆਂ ਉਸ ਦੀਆਂ ਇਹ ਇੱਛਾਵਾਂ ਨੇ ਡਿਜ਼ਾਇਰਸ ਨੇ ਇੱਛਾਵਾਂ ਨੇ ਉਹ ਉਸ ਨੂੰ ਰੂਡ ਮਤਲਬ ਕਿ ਰੁੱਖਾ ਜਾਂ ਇੱਕ ਡਿਸਰੈਸਪੈਕਟਫੁਲ ਬਣਾ ਦਿੰਦੀ ਆ ਨਹੀਂ ਮਤਲਬ ਕਿ ਇੱਜ਼ਤ ਨਹੀਂ ਕਰਦੀ ਉਹ ਆਪਣੇ ਮਾਲਕਾਂ ਦਾ ਟੂ ਹਰ ਏਮਪਲॉयਰਸ ਆਪਣੇ ਮਾਲਕਾਂ ਦੀ ਵੀ ਇੱਜ਼ਤ ਨਹੀਂ ਕਰਦੀ ਉਹ ਸ਼ੀ ਇਜ਼ ਵੈਰੀ ਕਲੇਵਰ ਉਹ ਚਲਾਕ ਬਹੁਤ ਜ਼ਿਆਦਾ ਹੈ ਸ਼ੀ ਹੈਜ਼ ਬੀਨ ਵਾਚਿੰਗ ਸੀਕ੍ਰੀਟਲੀ 올 ਦਾ ਐਕਟੀਵਿਟੀਆਂ ਇਨ ਦਾ ਹਾਊਸ ਆਫ ਦਾ ਪੈਟਕੋਫ ਮਤਲਬ ਕਿ ਇੱਥੇ ਦੇਖੋ ਕੀ ਕਹਿ ਰਿਹਾ ਹੈ ਸ਼ੀ ਹੈਜ਼ ਬੀਨ ਵਾਚਿੰਗ ਮਤਲਬ ਉਹ ਦੇਖਦੀ ਹੈ ਸਿਕਰਟਲੀ ਚੋਰੀ-ਚੋਰੀ ਉਹ ਸਭ ਕੁਝ ਦੇਖਦੀ ਹੈ 올 ਦਾ ਐਕਟੀਵਿਟੀਆਂ ਸਾਰੀਆਂ ਹੀ ਐਕਟੀਵਿਟੀਆਂ ਨੇ ਜਿਹੜੀਆਂ ਹੁੰਦੀਆਂ ਨੇ ਮਤਲਬ ਸਾਰੇ ਜਿਹੜੇ ਕੰਮਕਾਜ ਨੇ ਇਨ ਦਾ ਹਾਊਸ ਆਫ ਦਾ ਪੈਟਕੋਫ ਪੈਟਕੋਫ ਦੇ ਘਰ ਦੇ ਵਿੱਚ ਜੋ ਵੀ ਗੱਲਾਂ-ਵਾਟਾਂ ਹੁੰਦੀਆਂ ਨੇ ਚੋਰੀ-ਚੋਰੀ ਉਹਨਾਂ ਸਾਰੀਆਂ ਨੂੰ ਇਹ ਸੁਣਦੀ ਹੈ ਤੇ ਦੇਖਦੀ ਹੈ ਹੀ ਨੋਜ਼ 올 ਦਾ ਸਿਕਰਟਸ ਆਫ ਪੈਟਕੋਫ ਫੈਮਿਲੀ ਤਾਂ ਕਰਕੇ ਇਹ ਪੈਟਕੋਫ ਫੈਮਿਲੀ ਦੇ ਜਿਹੜੇ ਸਾਰੇ ਸਿਕਰਟਸ ਨੇ ਉਹਨਾਂ ਨੂੰ ਇਹ ਚੰਗੀ ਤਰ੍ਹਾਂ ਜਾਣਦੀ ਹੈ she tries to make close relationship with sergius sergius ਦੇ ਨਾਲ ਇਹ ক্লোজ ਰਿਲੇਸ਼ਨਸ਼ਿਪ ਹੈ ਜਿਹੜੀ ਉਹ ਸਥਾਪਿਤ ਕਰਨ ਦੀ ਕੋਸ਼ਿਸ਼ ਕਰਦੀ ਹੈ ਕਿਉਂਕਿ ਉਹ ਅਮੀਰ ਹੈ ਸਰਜੀਅਸ ਤਾਂ ਇਹ ਚਾਹੁੰਦੀ ਹੈ ਕਿ ਉਸ ਦੇ ਨਾਲ ਮੇਰਾ ਵਿਆਹ ਹੋ ਜੇ ਮਤਲਬ ਕਿ ਉਸ ਦੇ ਨਾਲ ਰਿਲੇਸ਼ਨਸ਼ਿਪ ਹੈ ਜਿਹੜੀ ਇਹ ਬਣਾਉਣ ਦੀ ਕੋਸ਼ਿਸ਼ ਕਰਦੀ ਹੈ she provokes sergius ਉਹ ਸਰਜੀਅਸ ਨੂੰ ਪੜਕਾਉਂਦੀ ਹੈ ਪ੍ਰੋਵੋਕ ਹੁੰਦਾ ਢੜਕਾਉਣਾ ਬਾਏ ਸੇਇੰਗ ਇਹ ਗੱਲ ਕਹਿ ਕੇ ਢੜਕਾਉਂਦੀ ਹੈ ਬਾਏ ਸੇਇੰਗ ਥੈਟ ਇਹ ਗੱਲ ਕਹਿੰਦੀ ਹੈ ਕਿ ਰੈਨਾ flirts with blanchley ਕਹਿੰਦੀ ਰੈਨ ਹੈ ਜਿਹੜੀ ਉਹ ਬਲੈਂਚਲੀ ਦੇ ਨਾਲ ਫਲਰਟ ਕਰਦੀ ਹੈ ਇਨ ਹਿਸ ਐਬਸੈਂਸ ਮਤਲਬ ਕਿ ਜਦੋਂ ਕਹਿੰਦੀ ਤੂੰ ਐਬਸੈਂਸ ਹੁੰਦੀ ਹੈ ਤੇਰੀ ਜਦੋਂ ਤੂੰ ਨਹੀਂ ਹੁੰਦਾ ਤਾਂ ਤੇਰੇ ਗੈਰ ਹਾਜ਼ਰੀ ਦੇ ਵਿੱਚ ਰੈਨ ਹੈ ਜਿਹੜੀ ਤੇਰੀ ਮੰਗੇਤਰ ਉਹ ਬਲੈਂਚਲੀ ਦੇ ਨਾਲ ਫਲਰਟ ਕਰਦੀ ਹੈ ਸ਼ੀ ਫੋਰਸਸ ਹਿਮ ਉਹ ਉਸ ਨੂੰ ਮਜਬੂਰ ਕਰਦੀ ਹੈ ਹਿਮ ਮਤਲਬ ਕਿ ਸਰਜੀਅਸ ਨੂੰ ਉਹ ਸਰਜੀਅਸ ਨੂੰ ਮਜਬੂਰ ਕਰਦੀ ਹੈ ਫੋਰਸ ਕਰਦੀ ਹੈ ਟੂ ਸਸਪੈਕਟ ਸਸਪੈਕਟ ਹੁੰਦਾ ਸ਼ੱਕ ਕਰਨਾ ਸ਼ੱਕ ਕਰਨ ਤੇ ਮਜਬੂਰ ਕਰਦੀ ਹੈ ਰੈਨਾਜ਼ ਲਾਇਲਟੀ ਰੈਨਾ ਦੀ ਜਿਹੜੀ ਲਾਇਲਟੀ ਹੈ ਉਸ ਦੇ ਪ੍ਰਤੀ ਮਤਲਬ ਰੈਨਾ ਦਾ ਜਿਹੜਾ ਮਤਲਬ ਰੈਨਾ ਲਾਇਲ ਹੈ ਲਾਇਲ ਹੁੰਦਾ ਕਿਸੇ ਪ੍ਰਤੀ ਵਫਾਦਾਰ ਹੋਣਾ ਰੈਨਾ ਦੀ ਵਫਾਦਾਰੀ ਦੇ ਉੱਪਰ ਸ਼ੱਕ ਕਰਨ ਲਈ ਉਸ ਨੂੰ ਮਜਬੂਰ ਕਰ ਦਿੰਦੀ ਹੈ ਸਰਜੀਅਸ ਨੂੰ ਇਹ ਗੱਲ ਕਹਿ ਕੇ ਕਿ ਉਹ ਬਲੰਚਲੀ ਨਾਲ ਫਲਰਟ ਕਰਦੀ ਹੈ ਤਦ ਤਾਂ ਇਸ ਪ੍ਰਕਾਰ देयर ਲਵ ਟਰਨਸ ਇਨਟੂ ਹੇਟ ਤਾਂ ਇਸ ਪ੍ਰਕਾਰ ਉਹਨਾਂ ਦਾ ਜਿਹੜਾ ਪਿਆਰ ਹੈ ਰੈਨਾ ਅਤੇ ਸਰਜੀਅਸ ਦਾ ਉਹ ਹੇਟ ਨਫ਼ਰਤ ਦੇ ਵਿੱਚ ਬਦਲ ਜਾਂਦਾ ਹੈ ਬਿਕਾਜ਼ ਆਫ ਲੋਕਾ ਲੋਕਾ ਦੇ ਕਾਰਨ ਸ਼ੀ ਦੈਨ ਪ੍ਰੋਪੋਜ਼ਸ ਸਰਜੀਅਸ ਉਸ ਤੋਂ ਬਾਅਦ ਉਹ ਸਰਜੀਅਸ ਨੂੰ ਖੁਦ ਪ੍ਰੋਪੋਜ਼ ਕਰਦੀ ਹੈ ਫਾਰ ਮੈਰਿਜ ਮੈਰਿਜ ਦੇ ਲਈ ਬਾਏ ਸੇਇੰਗ ਇਹ ਗੱਲ ਕਹਿ ਕੇ ਥੈਟ she has been insulted by everyone ਕਹਿੰਦੀ ਮੈਂ ਹਰ ਇੱਕ ਦੁਆਰਾ ਇਨਸਲਟ ਕੀਤੀ ਜਾ ਰਹੀ ਹਾਂ ਮਤਲਬ ਕਿ ਹਰ ਕੋਈ ਮੇਰੀ ਇਨਸਲਟ ਕਰਦਾ ਹੈ ਕਿ ਮੈਨੂੰ ਤੇਰੇ ਨਾਲ ਪਿਆਰ ਹੈ ਮਤਲਬ ਕਿ ਹਰ ਇੱਕ ਨੂੰ ਪਤਾ ਹੈ ਕਿ ਆਪਣਾ ਫਲਰਟ ਚੱਲ ਰਿਹਾ ਹੈ ਇਸ ਕਰਕੇ ਮੈਨੂੰ ਸਾਰੇ ਹੀ ਇਨਸਲਟ ਕਰਦੇ ਨੇ she also tells sergius that he is responsible for this insult ਕਹਿੰਦੀ ਇਸ ਇਨਸਲਟ ਦਾ ਜਿਹੜਾ ਮੇਨ ਰਿਸਪੌਂਸਿਬਲ ਹੈ ਉਹ ਤੂੰ ਹੈ ਮਤਲਬ ਤੇਰੇ ਕਰਕੇ ਮੈਨੂੰ ਲੋਕ ਇਨਸਲਟ ਕਰ ਰਹੇ ਨੇ ਸਰਜੀਅਸ ਕਿਸਸ ਦ ਹੈਂਡਸ ਆਫ ਲੋਕਾ ਤਾਂ ਸਰਜੀਅਸ ਕੀ ਕਰਦਾ ਹੈ ਉਸਦੇ ਹੱਥ ਨੂੰ ਮਤਲਬ ਕਿਸ ਕਰਦਾ ਜਦੋਂ ਉਹ ਉਸਦੇ ਹੱਥ ਨੂੰ ਹੱਥ ਨੂੰ ਕਿਸ ਕਰਦਾ ਹੈ ਸ਼ੀ ਆਸਕਸ ਹਿਮ ਟੂ ਐਕਸੈਪਟ ਹਰ ਐਜ਼ ਹਿਸ ਵਾਈਫ ਤਾਂ ਉਸ ਨੂੰ ਕਹਿੰਦੀ ਹੈ ਕਿ ਮੈਨੂੰ ਆਪਣੀ ਪਤਨੀ ਦੇ ਰੂਪ ਦੇ ਵਿੱਚ ਤੂੰ ਐਕਸੈਪਟ ਕਰ ਲੈ ਲੋਕਾ ਇਜ਼ ਵੈਰੀ ਇੰਟੈਲੀਜੈਂਟ ਜਿਹੜੀ ਲੋਕਾ ਹੈ ਬਹੁਤ ਜ਼ਿਆਦਾ ਇੰਟੈਲੀਜੈਂਟ ਵੀ ਹੈ ਵੈਨ ਰੈਨਾ ਹਾਈਡਸ ਬਲੰਚਲੀ ਜਦੋਂ ਜਿਹੜੀ ਰੈਨ ਹੈ ਉਹ ਬਲੰਚਲੀ ਨੂੰ ਲੁਕਾਉਂਦੀ ਹੈ ਬਿਹਾਈਂਡ ਦਾ ਕਰਟਨਸ ਕਰਟਨਸ ਮਤਲਬ ਕਿ ਪਰਦਿਆਂ ਦੇ ਪਿੱਛੇ ਜਦੋਂ ਤੁਹਾਡੇ ਯਾਦ ਹੋਊਗਾ ਜੇਕਰ ਤੁਹਾਨੂੰ ਸਟੋਰੀ ਪਤਾ ਹੈ ਜਦੋਂ ਜਿਹੜਾ ਬਲੰਚਲੀ ਹੈ ਉਦੋਂ ਆਪਾਂ ਨੂੰ ਹਾਲਾਂਕਿ ਨਾਮ ਨਹੀਂ ਪਤਾ ਹੁੰਦਾ ਸਿਪਾਹੀ ਦੇ ਰੂਪ ਦੇ ਵਿੱਚ ਉਸ ਦੇ ਕਮਰੇ ਦੇ ਵਿੱਚ ਆਉਂਦਾ ਹੈ ਰੈਨਾ ਦੇ ਤਾਂ ਰੈਨਾ ਉਸ ਨੂੰ ਆਪਣੇ ਕਮਰੇ ਦੇ ਵਿੱਚ ਲੁਕੋ ਲੈਂਦੀ ਹੈ ਪਰਦਿਆਂ ਦੇ ਪਿੱਛੇ ਤਾਂ ਜਦੋਂ ਉਹ ਲੁਕੋ ਲੈਂਦੀ ਹੈ ਪਰਦਿਆਂ ਦੇ ਪਿੱਛੇ ਲੋਕਾ ਗੈਸਸ ਤਾਂ ਜਿਹੜੀ ਲੋਕਾ ਹੈ ਉਹ ਗੈਸ ਲਗਾ ਲੈਂਦੀ ਹੈ ਦਾ ਟਰੂਥ ਕਰੈਕਟਲੀ ਸਚਾਈ ਦਾ ਕਰੈਕਟਲੀ ਸਹੀ ਗੈਸ ਹੈ ਉਹ ਲਗਾ ਲੰਦੀ ਹੈ ਥੈਟ ਕੀ ਗੈਸ ਲਗਾਉਂਦੀ ਹੈ ਥੈਟ ਸਮਵਨ ਇਜ਼ ਹਿਡਨ ਇਨ ਰੈਨਾਜ਼ ਰੂਮ ਕਿ ਜਰੂਰ ਕੋਈ ਨਾ ਕੋਈ ਰੈਨਾ ਦੇ ਰੂਮ ਦੇ ਵਿੱਚ ਲੁਕਿਆ ਹੋਇਆ ਹੈ ਹਾਲਾਂਕਿ ਸੱਚਮੁੱਚ ਹੀ ਲੁਕਿਆ ਹੁੰਦਾ ਹੈ ਬਲੈਂਚਲੀ ਤਾਂ ਉਸ ਨੂੰ ਲੋਕਾਂ ਨੂੰ ਪਤਾ ਚੱਲ ਜਾਂਦਾ ਹੈ ਤਾਂ ਬਹੁਤ ਇੰਟੈਲੀਜੈਂਟ ਹੈ ਇਸ ਮਾਮਲੇ ਦੇ ਵਿੱਚ ਉਹ ਸ਼ੀ ਇਜ਼ ਅ ਕਲੇਵਰ ਜੱਜ ਆਫ ਹਿਊਮਨ ਨੇਚਰ ਹਿਊਮਨ ਨੇਚਰ ਦੀ ਉਹ ਬਹੁਤ ਜ਼ਿਆਦਾ ਜਿਹੜੀ ਜਜਮੈਂਟ ਆ ਉਸ ਨੂੰ ਕਲੇਵਰਲੀ ਮਤਲਬ ਬਹੁਤ ਜ਼ਿਆਦਾ ਚਲਾਕ ਹੈ ਉਹ ਹਿਊਮਨ ਨੇਚਰ ਨੂੰ ਸਮਝਣ ਵਾਸਤੇ ਜੱਜ ਕਰਨ ਵਾਸਤੇ ਬਾਏ ਹਰ ਕਰੈਕਟ ਅੰਡਰਸਟੈਂਡਿੰਗ ਉਸ ਦੀ ਇਸ ਕਰੈਕਟ ਅੰਡਰਸਟੈਂਡਿੰਗ ਦੇ ਕਾਰਨ ਆਫ ਹਿਊਮਨ ਨੇਚਰ ਹਿਊਮਨ ਨੇਚਰ ਦੇ ਬਾਰੇ ਸ਼ੀ ਇਜ਼ ਏਬਲ ਤਾਂ ਉਹ ਯੋਗ ਹੁੰਦੀ ਹੈ ਇਸ ਕਾਰਨ ਮਤਲਬ ਜਿਹੜੀ ਉਸ ਦੀ ਅੰਡਰਸਟੈਂਡਿੰਗ ਹੈ ਹਿਊਮਨ ਨੇਚਰ ਨੂੰ ਸਮਝਣ ਦੀ ਉਸ ਅੰਡਰਸਟੈਂਡਿੰਗ ਦੇ ਕਾਰਨ ਸ਼ੀ ਇਜ਼ ਏਬਲ ਟੂ ਮੈਰੀ ਅ ਰਿਚ ਮੈਨ ਲਾਈਕ ਸਰਜੀਸ ਉਹ ਸਰਜੀਸ ਵਰਗੇ ਇੱਕ ਅਮੀਰ ਆਦਮੀ ਦੇ ਨਾਲ ਵਿਆਹ ਕਰਨ ਦੇ ਯੋਗ ਬਣਾ ਲੈਂਦੀ ਆ ਵਿਧਿਆਪਨ ਨੂੰ ਜਾਂ ਫਿਰ ਕਹਿ ਲਿਆ ਯੋਗ ਹੋ ਜਾਂਦੀ ਹੈ ਇਨ ਸ਼ਾਰਟ ਤਾਂ ਸ਼ਾਰਟ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਵੀ ਕੈਨ ਸੇ ਤਾਂ ਇਨ ਸ਼ਾਰਟ ਅਸੀਂ ਵੀ ਕੈਨ ਸੇ ਅਸੀਂ ਕਹਿ ਸਕਦੇ ਹਾਂ 댓 ਲੋਕਾ ਇਜ਼ ਬਿਊਟੀਫੁਲ ਲੋਕਾ ਸੁੰਦਰ ਹੈ ਐਨਰਜੈਟਿਕ ਹੈ ਪਰਾਉਡ ਹੈ ਥੋੜੀ ਹੰਕਾਰੀ ਵੀ ਹੈ ਐਂਡ ਐਮਬੀਸ਼ੀਅਸ ਅਤੇ ਬਹੁਤ ਜਿਆਦਾ ਇਸ਼ਾਵਾਂ ਰੱਖਣ ਵਾਲੀ ਵੀ ਹੈ ਸ਼ੀ ਇਜ਼ ਸਟਰੋਂਗ ਐਂਡ ਬੋਲਡ ਦੈਨ ਰੈਨਾ ਰੈਨਾ ਤੋਂ ਥੋੜੀ ਜੀ ਜ਼ਿਆਦਾ ਉਹ ਸਟਰੋਂਗ ਹੈ ਅਤੇ ਬੋਲਡ ਹੈ ਮਤਲਬ ਕਿ ਬਰੇਵ ਹੈ she does not want to work as a servant او ایک نوکر دی طرح کام نہیں کرنا ਚਾਹੁੰਦੀ she wants a rich life او ਇੱਕ ਅਮੀਰ ਜ਼ਿੰਦਗੀ ਚਾਹੁੰਦੀ ਹੈ so ਇਸ ਕਰਕੇ she traps traps ਹੁੰਦਾ ਕਿਸ ਨੂੰ ਜਾਲ ਦੇ ਵਿੱਚ ਫਸਾਉਣਾ she traps a rich man ਉਹ ਇੱਕ ਅਮੀਰ ਆਦਮੀ ਨੂੰ ਆਪਣੇ ਜਾਲ ਦੇ ਵਿੱਚ ਫਸਾਉਂਦੀ ਹੈ ਐਂਡ ਮੈਰੀਜ਼ ਹਿੰਮਤ ਉਸ ਦੇ ਨਾਲ ਵਿਆਹ ਕਰਵਾ ਲੈਂਦੀ ਹੈ ਮਤਲਬ ਕਿ ਸਰਜੀਅਸ ਦੇ ਨਾਲ ਇਟ ਸ਼ੋਜ਼ ਹਰ ਕਲੇਵਰਨੈਸ ਤਾਂ ਇਹ ਚੀਜ਼ ਉਸ ਦੀ ਜਿਹੜੀ ਕਲੇਵਰਨੈਸ ਹੈ ਉਸ ਨੂੰ ਦਰਸਾਉਂਦੀ ਹੈ ਸੋ ਏਸੀ ਕੈਰੈਕਟਰ ਸਕੈਚ ਆਫ ਲੋਕਾ ਬਿਲਕੁਲ ਆਸਾਨ ਸ਼ਬਦਾਂ ਦੇ ਵਿੱਚ ਲਿਖਣ ਦੀ ਕੋਸ਼ਿਸ਼ ਕੀਤੀ ਹੈ ਆਈ ਹੋਪ ਕਿ ਤੁਹਾਨੂੰ ਸਮਝ ਆਇਆ ਹੋਵੇਗਾ ਸੋ ਜੇਕਰ ਵੀਡੀਓ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰੋ ਜੇਕਰ ਤੁਸੀਂ ਚੈਨਲ ਉੱਪਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਹੀਂ ਭੁੱਲਣਾ ਸੋ ਮਿਲਦੇ ਆ ਅਗਲੀ ਵੀਡੀਓ ਲੈ ਕੇ ਉਦੋਂ ਤੱਕ ਦਿਓ ਇਜਾਜ਼ਤ ਥੈਂਕ ਯੂ ਸੋ ਮੱਚ